ਓਏ ਪੁਲਿਸ ਕੁਛ ਨਹੀਂ ਆਉਂਦੀ ਬਾਅਦ ਵਿੱਚ ਆਉਂਦੇ ਸਾਰਾ ਕੁਝ ਹੋ ਜਾਂਦਾ ਉਦੋਂ ਉਬਰੇ ਡਰਾਈਵਰ ਕਨੈਕਟਰ ਦੀ ਲੜਾਈ ਹੋਈ ਆ ਡਰਾਈਵਰ ਤੇ ਕਨੈਕਟਰ ਸੀ ਉਹਨਾਂ ਸਵਾਈ ਲੜਕੀ ਹਾਂ ਸਵਾਈ ਲੜਕੀ ਪੀਆਰਟੀ ਬੱਸ ਦੀ ਹਾਂ ਬਸ ਰੋਲਾ ਪੈ ਗਿਆ ਬਸ ਇਹ ਬੰਦਾ ਆ ਕੇ ਘਰੋਂ ਆਇਆ ਕੁੜੀ ਦੇ ਨਾਲ ਬੋਲਣ ਲੱਗ ਗਿਆ ਬਸ ਇਹਨੂੰ ਕੁੱਟੇ ਸਾਰਾ ਹਾਂ सीएम सिटी पंजाब देख लो एक बंदा ना कोई पुलिस प्रशासन ना कोई होर है लोग इतने मरते आए फेरे कोई बंदा पुलिस एक बार चौक जानी पुलिस खड़ी होंगी कोई बंदा नहीं आया खड़िया आ देख लो अद्धा घंटा होगा पूरा फुल अमनदीप कौर किसी अमृतसर जाना सानू घंटा डेढ़ हो गया इतने बैठिया हम पता नहीं कदों तक जाम खुलेगा कदों असं पहुंचांगे अं सवेर के घरों निकले हुए हैं हाँ जी मौसम गर्मी भी इन्नी ज़्यादा है हम इन्नी सफोकेशन जी हो रही है बस के बहना भी खड़ना भी तो औखा हो रहा हम पता नहीं की बनेगा अगे जाके बस जी जनता बहुत हैरान हो रही है छेती तुरनिया चाहिए ने बसा और की कहना चाहते हैं ਬੈਸੂਬਾ ਕਰਮਜੀਤ ਸਿੰਘ ਕਰਮਾ ਡੀਪੂ ਸੰਗਰੂਰ ਜਿਹੜਾ ਬੱਸਾਂ ਲਾ ਕੇ ਚੌਂਕ ਜਾਮ ਕੀਤੇ ਨੇ ਬੰਦ ਕੀਤੇ ਨੇ ਕੀ ਕਾਰਨ ਹੈ ਸਰ ਸਾਡੇ ਪ੍ਰਧਾਨ ਜੀ ਸੁਨੋ ਡੀਪੂ ਹਰਪ੍ਰੀਤ ਸਿੰਘ ਗਰੇਵਾਲ ਉਹ ਆਪਦੀ ਡਿਊਟੀ ਦੌਰਾਨ ਆਪਦੀ ਡਿਊਟੀ ਕਰ ਰਹੇ ਸੀਗੇ ਤੇ ਸਵਾਰੀ ਨਾਲ ਝਗੜਾ ਹੋਇਆ ਸਵਾਰੀ ਨੇ ਗੁੰਡਾਗਰਦੀ ਕਰੀ ਆ ਗੁੰਡੇ ਬੁਲਾ ਕੇ ਬੱਸ ਨੂੰ ਬੱਸ ਦੀ ਭੰਨ ਤੋੜ ਕਰੀ ਆ ਤੇ ਸਾਡੇ ਪ੍ਰਧਾਨ ਸਾਹਿਬ ਦੀ ਵੀ ਭੰਨ ਤੋੜ ਕਰੀ ਤੇ ਡਰਾਈਵਰ ਕਨੈਕਟਰ ਦੋਨਾਂ ਦੀ ਕੁੱਟਮਾਰ ਕੀਤੀ ਗਈ ਹੈ ਜੀ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਧੂਰੀ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਉਹਨਾਂ ਤੇ ਦੋਸ਼ੀਆਂ ਦੇ ਨਹੀਂ ਕਰੀ ਗਈ ਜਿਸ ਦੇ ਰੋਜ਼ ਵਜੋਂ ਅਸੀਂ ਪਹਿਲਾਂ ਧੂਰੀ ਬੰਦ ਕੀਤਾ ਇੱਕ ਘੰਟਾ ਹੋ ਗਿਆ ਧੂਰੀ ਬੰਦ ਹੋਏ ਨੂੰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕਰੀ ਉਸ ਤੋਂ ਬਾਅਦ ਰੋਸ ਵਜੋਂ ਅਸੀਂ ਸੰਗਰੂਰ ਬੰਦ ਕੀਤਾ ਜੇ ਹੁਣ ਵੀ ਕੋਈ ਨਹੀਂ ਕਾਰਵਾਈ ਹੁੰਦੀ ਤਾਂ ਅਸੀਂ 9 ਦੇ 9 ਡਿਪੂ ਬੰਦ ਕਰਾਂਗੇ ਜੇ 9 ਡਿਪੂ ਬੰਦ ਕਰਕੇ ਵੀ ਕਾਰਵਾਈ ਨਹੀਂ ਕਰੀ ਅਸੀਂ 27 ਦੇ 27 ਡਿਪੂ ਬੰਦ ਕਰਾਂਗੇ ਜੀ ਰਿੰਕੂ ਜੀ ਰਿੰਕੂ ਜੀ ਅੱਜ ਜਿਹੜੇ ਬੱਸਾਂ ਲਾ ਕੇ ਚੌਂਕ ਬੰਦ ਕੀਤਾ ਕੀ ਕਹਿੰਦੇ ਸਾਡੇ ਡਿਪੂ ਪ੍ਰਧਾਨ ਹਰਪ੍ਰੀਤ ਸਿੰਘ ਨਾਲ ਇੱਕ ਲੇਡੀ ਵੱਲੋਂ ਝਗੜਾ ਹੋਇਆ ਜੀ ਜਿਸ ਦੇ ਸਬੰਧ ਵਿੱਚ ਪਹਿਲਾਂ ਧੂਰੀ ਬੰਦ ਕਰਿਆ ਤੇ ਉਸ ਤੋਂ ਬਾਅਦ ਉੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਦੋਸ਼ੀਆਂ ਤੇ ਉੱਥੋਂ ਬੰਦ ਹੋਣ ਦੇ ਬਾਅਦ ਬਾਵਜੂਦ ਵੀ ਫਿਰ ਅਸੀਂ ਸਾਰਾ ਸੰਗਰੂਰ ਬਲਾਕ ਕਰਿਆ ਹੋਇਆ ਜੀ ਜੇ ਨਾ ਵੀ ਕੋਈ ਕਾਰਵਾਈ ਹੁੰਦੀ ਤਾਂ ਸਾਰੇ ਸੰਗਰੂਰ ਡਿਪੂ ਤੇ ਪੀਆਰਟੀਸ ਦੇ ਪਣਵਾਸ ਦੇ ਸਾਰੇ ਡਿਪੂ ਬੰਦ ਕੀਤੇ ਜਾਣਗੇ ਜੋ ਵੀ ਸਾਨੂੰ ਸੈਂਟਰ ਬਾਡੀ ਉਤੋਂ ਹੁਕਮ ਦੇਊਗੀ ਉਹ ਦੇ ਆਧਾਰ ਤੇ ਅਸੀਂ ਕੰਮ ਕਰਾਂਗੇ ਪਰ ਤੁਹਾਨੂੰ ਲੱਗਦਾ ਜਿਵੇਂ ਛੋਟੇ ਛੋਟੇ ਬੱਚੇ ਵਿੱਚ ਬੈਠੇ ਨੇ ਸਵਾਰੀਆਂ ਵਿੱਚ ਬੈਠੇ ਗਰਮੀ ਦਾ ਟਾਈਮ ਹੈ ਵੀ ਪਹਿਲਾਂ ਇਹਨਾਂ ਨੂੰ ਤੁਸੀਂ ਉਹਨਾਂ ਦੇ ਮੁਕਾਮ ਤੱਕ ਪਹੁੰਚਾਉਂਦੇ ਹੋ ਤਾਂ ਬਾਅਦ ਰੋਡ ਜਾਮ ਕਰਦੇ ਫੇਰ ਨਹੀਂ ਸੀ ਹੋ ਸਕਦਾ ਕਿਉਂਕਿ ਬੱਚੇ ਗਰਮੀ 'ਚ ਬੈਠੇ ਨੇ ਸਾਡਾ ਕੋਈ ਸ਼ੌਂਕ ਨਹੀਂ ਹੈਗਾ ਜੀ ਵੀ ਬੱਚਿਆਂ ਨੂੰ ਹਰਾਸਮੈਂਟ ਕਰੀਏ ਜਾਂ ਸਵਾਰੀਆਂ ਨੂੰ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਜੀ ਸਾਰੀ
प्रशासन ने कोई कार्रवाई नहीं करी, उन्होंने कार्रवाई करे साडा नाल दी नाल धरना खुल जूगा जी। ये भी हो सकता है जी भी तुसी पहला प्रशासन को अल्टीमेटम देंदे भी अल्टीमेटम फिर सवारियां, क्योंकि आप गल करें बच्चे इंसानियत के नाते आप जेकर गल करके देखिए तो बच्चे छोटे ने जो गर्मी के बैठे ने। मेरी गल सुनो जी, घंटा बंद होने के बावजूद भी प्रशासन को पता नहीं लगता जी भी धरना लग्या होया। सी आई डी रिपोर्टां मिंट मिंट बाद जांदियां ने, वो प्रशासन की जिम्मेवारी बनती है जी सारी, वो प्रशासन देखे जी भी अगे रणनीति असीं किवें करनी है जी।